ਯੂ ਬਿਕਮ ਅ ਪਬਲਿਕ ਪਰਸਨੈਲਿਟੀ ਠੀਕ ਹੈ ਆਊਟ ਆਫ ਕੰਟੈਕਸਟ ਚੀਜ਼ਾਂ ਜੁੜ ਜਾਂਦੀਆਂ ਨੇ ਹੁਣ ਅੱਛਾ ਤੁਸੀਂ दारू ਵੀ ਲਲਕਾਰਾ ਮਾਰ ਦੋ ਕਿਤੇ ਖੜ ਕੇ ਤਾਂ ਕੋਈ ਚੱਕਰ ਨਹੀਂ ਕਿਉਂਕਿ ਯੂ ਆ ਗਾਇਜ਼ ਆ ਜਸਟ ਹੈਵਿੰਗ ਫਨ ਮੈਂ ਲਲਕਾਰਾ ਮਾਰਤਾ ਪਰਮੀਸ਼ ਵਰਮਾ ਖੜ ਕੇ ਮਾਰਾ ਲਲਕਾਰਾ ਸੋਚਦੇ ਹੋ ਮੇਰੀ ਗੱਲ ਹਮ ਤੋ ਹਨ ਗੈਟ ਅਵੇ ਕਰ ਸਕਤੇ ਕਿਸੇ ਵੀ ਚੀਜ਼ ਤੇ ਬੰਦਾ ਫਸ ਜਾਂਦਾ ਉਸ ਤੇ ਫਿਰ ਕਿੱਥੇ ਸਫਾਈ ਦਊ ਰਾਈਟ ਰਾਈਟ ਬੰਦਾ ਕਹਿੰਦਾ ਸਫਾਈ ਨਾਲੋਂ ਸੌਖੀ ਛੱਡੀ चल भाई तू भी वेली हो दो घंटे बाद दे काम करने ਲਈ <laughs> नहीं बट जैसे बिल्कुल जो खास दोस्त होंगे <laughs> आपके बिल्कुल मतलब जो जो मे बी वो बैठें <laughs> वो लेकिन जो पब्लिक फिगर भी नहीं होंगे <laughs> मतलब ना वो एकदम चिल हैं उनके साथ तो आई थिंक आप कम क्लोज रूम <laughs> हां नहीं नहीं पाजी व्हेन आई यूज्ड टू ड्रिंक आई नेवर ਹਾਈਡ ਮਾਈ ਡਰਿੰਕਿੰਗ ਮਤਲਬ ਮੈਂ ਸਨੈਪਚੈਟਾਂ ਵੀ ਉਵੇਂ ਹੀ ਪਾਉਂਦਾ ਸੀ ਪਰ ਇਸ਼ੂ ਕੀ ਆ ਜਾਂਦਾ ਸੀ ਨਾ ਭਾਜੀ ਆਪਾਂ ਮਜ਼ਾਕ ਮਜ਼ਾਕ ਚ ਕੋਈ ਗੱਲ ਬੋਲਤੀ ਕਦੇ ਗੱਲ ਪਾਤੀ ਫਿਰ ਉਹ ਕਿਸੇ ਨਿਊਜ਼ਪੇਪਰ ਨੇ ਚੱਕ ਲਈ ਤੁਹਾਡੀ ਸਨੈਪਚੈਟ ਵੀਡੀਓ ਇੱਧਰ ਪਾਤੀ ਉੱਧਰ ਪਾਤੀ ਫਿਰ ਤੁਸੀਂ ਨਾ ਲੋਕਾਂ ਨੂੰ ਸਮਝਾਉਂਦੇ ਕਿ ਹੈਗੇ ਤਾਂ ਆਪਾਂ ਇਨਸਾਨ ਹੀ ਨਾ ਸਹੀ ਬਾਤ ਹੈ देयर आर ਟਾਈਮਸ ਵੈਨ ਯੂ ਆਰ ਵੈਰੀ ਸੌਰਟਿਡ ਰਾਈਟ ਬਟ ਦ ਪੁਆਇੰਟ ਇਜ਼ ਵੈਨ ਯੂ ਗੈਟ ਡਰੰਕ ਯੂ ਗੈਟ ਡਰੰਕ ਟੂ ਬੀ ਸਟੂਪਿਡ ਹਾਂ ਹਾਂ ਕੋਈ ਸ਼ਰਾਬੀ ਕੇ ਪੋਡਕਾਸਟ ਕਰਨੇ ਤੋਂ ਬੈਠਦਾ ਨਹੀਂ ਆ ਕਹਿ ਸਕਦੇ ਵੈਸੇ ਗਦਾਬ ਵੀ ਇੰਟਰਸਟਿੰਗ ਹੈ ਨਾ पेग का <laughs> पानी है गाइस पानी है तुम टेंशन बंद लो अच्छा <laughs> नीट, नीट नीट पानी है <laughs> ते ता मतलब वो दो एंड पारी मेरा इश्यू की सी रिसेंटली व्हाई आई क्वेट ड्रिंकिंग डी रिसेंट टाइम्स चे इज़ बिकॉज़ मेरी नाउ इट टुक टू मच टाइम ਫਰੋਮ ਮਾਈ एवरीडे ਲਾਈਫ ਹਾਂ ਉਹ ਤਾਂ ਹੈ ਜਿੰਨਾ ਬਿਜ਼ੀ ਸਕੇਡਿਊਲ ਹੈ ਨਾ ਬਾਜੀ ਉਹ ਅਗਲਾ ਸਾਰਾ ਦਿਨ ਕੰਡਮ ਹੋ ਜਾਂਦਾ ਤੁਹਾਡਾ ਇੱਕ ਦਿਨ ਪੀਨੇ ਵਿੱਚ ਅਗਲੇ ਦਿਨ ਸੇ ਨਿਕਲ ਲੈ ਉਹ ਅੱਛਾ ਫਿਰ ਆਏ ਵੀ ਹੈ ਨਹੀਂ ਕਿ ਉਹ ਇੱਕ ਕਲਾਸੀ ਜਾਂ ਪੈਗ ਲੈ ਕੇ ਆਣਾ ਹੈਗਾ ਇਹ ਤਾਂ ਆਪਣਾ ਹੈ ਨਹੀਂ ਮਤਲਬ ਮੈਂ ਖਤਮ ਕਰ ਰਿਹਾ ਮੈਂ ਚਲ ਠੱਕ ਪ੍ਰੈਸ਼ਰ ਵਿੱਚ ਹੁੰਦਾ ਹੈ ਇਹ ਪਹਿਲਾ ਕੋਈ ਹੋਰ ਪ੍ਰੈਸ਼ਰ ਆਪੇ ਬਣਾਏਗਾ ਦੂਸਰਾ ਆਪ ਉਸ ਤੇ ਪ੍ਰੈਸ਼ਰ ਮੇਰੀ ਆਦਤ ਸੀ ਪਹਿਲਾ ਸਾਰਿਆਂ ਦੇ ਇੱਕੀ ਪੈਗ ਬਣਾਇਆ ਚੀਅਰਸ ਹੈ ਠੱਕ ਦੂਜਾ ਬਣਾਇਆ ਹੁਣ ਦੱਸੋ ਕੀ ਹਾਲ ਚਾਲ ਹੁੰਦਾ ਮੈਂ ਪਹਿਲਾਂ ਤਾਂ ਡਾਊਨ ਕਰਕੇ ਬੰਦਾ ਹੁੰਦਾ ਸੀ ਬਸ ਠੀਕ ਹੈ ਉਹ ਵੀ ਚਲੋ ਵੀਰੇ ਪਤਾ ਕੀ ਆ ਲਾਈਫ ਨੇ ਨਾ ਹਰ ਚੀਜ਼ ਰੱਜ ਕੇ ਕੀਤੀ ਆ ਕੰਮ ਵੀ ਰੱਜ ਕੇ ਕੀਤਾ ਆ दारू ਵੀ ਰੱਜ ਕੇ ਪੀਤੀ ਆ ਐਸ਼ ਵੀ ਰੱਜ ਕੇ ਕੀਤੀ ਆ ਤਾਂ ਮੈਨੂੰ ਐਵੇਂ ਲੱਗਦਾ ਹੁਣ ਐਵੇਂ ਲੱਗਦਾ ਕਿ ਯਾਰ ਮਤਲਬ ਨਾ ਹੁਣ ਇੱਕ ਡਿਫਰੈਂਟ ਟਾਈਮ ਆ ਜ਼ਿੰਦਗੀ ਦਾ ਬਹੁਤ ਖੂਬਸੂਰਤ ਟਾਈਮ ਹੈ ਰੱਬ ਨੇ ਨਾ ਹੁਣ ਕਿਹਾ ਕਿ ਚੱਲ ਪੁੱਤ ਕਰ ਲਾ ਜੋ ਕਰਨਾ ਹੁਣ ਵਧੀਆ ਕਰ ਲਈਏ ਸਮਝਦੇ ਹੁਣ ਥੋੜੀ ਲੈਗੇਸੀ ਦੇ ਵੱਲ ਜਾ ਰਹਿਆ ਮੈਂ ਕਿ ਹੁਣ ਬੱਚਿਆਂ ਨੂੰ ਕੀ ਦਿਖਾਉਂਗਾ ਕੀ ਫਿਲਮਾਂ ਲਿਖੀਆਂ ਨੇ ਕੀ ਕੀਤਾ ਪਲਾਟ ਤਾਂ ਸਾਰੇ ਨਹੀਂ ਦਿਖਾਉਣੇ ਨੇ ਆਪਦੇ ਆਪਣਾ ਇਹ ਸ਼ੋਰੂਮ ਹੈ ਇਹ ਗੱਡੀ ਹੈ ਇਹ ਘਰ ਹੈ ਇਹ ਤਾਂ ਜਿਨੂੰ ਹੈ ਹੀ ਹੈ ਜਿਹੜਾ ਵੀ ਬੰਦਾ ਮਿਹਨਤ ਕਰੂਗਾ ਉਹ ਪੈਸੇ ਆ ਤਾਂ ਕਮਾਈ ਰੇਣਾ उसी के लिए तो ਕਰ ਰਹੇ ਹਾਂ ਹੁਣ ਮੈਨੂੰ ਥੋੜਾ ਜਾਏ ਕਿ ਯਾਰ ਮੈਂ ਕੀ ਕੀਤਾ ਮੈਂ ਕੀ ਕੀਤਾ ਹਨਾ not from a proud एंगल के यार मेरी आइडियोलॉजी की सी मुझे लग रहा है वैसे मतलब सॉरी टू से मुझे लगा आप अपने लिए ही कर रहे हो वो तो बच्चे हाँ। तो है, हाँ। है मतलब आपकी सेटिस्फेक्शन हाँ। मैं देखो थोड़े से उस पर चले जाऊंगा आपको बिल्कुल तो, क्योंकि मैंने बहुत सारे पॉडकास्ट देख लिया था तो मैं भी इन अब आपको थोड़ा थोड़ा बाहर लेवल पे जा सही है वीरिया गल ਹਣਾ ਦੇਖੋ ਬੱਚੇ ਨੂੰ ਵੀ ਤਾਂ ਮੈਂ ਉਹੀ ਦੱਸੂਗਾ ਨਾ ਕਿ this is myself ਹਾਂ ਨਾਊ ਯੂ ਬੀ ਯੋਰਸੈਲਫ ਹਾਂ ਆਬਵੀਅਸ ਹੈ ਆਬਵੀਅਸ ਇਹ ਦੱਸਣਾ ਬਹੁਤ ਜ਼ਰੂਰੀ ਹੈ ਮੈਨੂੰ ਡਿਕਟੇਸ਼ਨ ਨਹੀਂ ਚਾਹੀਦੀ ਹੈਗੀ ਹਣਾ ਔਰ ਸਪੈਸ਼ਲੀ ਉਹ ਡਿਕਟੇਸ਼ਨ ਵੀ ਨਹੀਂ ਹੈ ਕਿ ਆਹੀ ਫਿਲਮ ਕਰਨੀ ਹੈ ਓਕੇ ਇਹ ਡਿਕਟੇਸ਼ਨ ਕਿ ਮੈਂ ਲੇਜ਼ੀ ਆ ਤੇ ਇੱਕ ਫੁੱਦੂ ਰਾਈਟਰ ਨਾਲ ਬੈਠਾਂ ਐਂਡ ਰਿਲਾਇ ਕਰ ਰਿਹਾ ਕਿ ਤੂੰ ਇਹਨੂੰ ਵਧੀਆ ਕਰ ਦੇ ਯਾ ਤਾਂ ਹੋਵੇ ਨਾ ਭਾਜੀ ਮਿਹਨਤ ਇਹ ਹੁੰਦੀ ਹੈ ਦੇਖੋ ਯਾ ਤਾਂ ਮੈਂ ਜਦੋਂ ਮੈਂ ਇੱਕ ਵੈਬ ਸੀਰੀਜ਼ ਕੀਤੀ ਹਣਾ ਉਹਦਾ 100 ਦਿਨ ਛੂਟ ਚੱਲਿਆ ਹਮ दैट ਟੀਮ ਵਾਸ ਵਾਸ ਸੋ ਸਾਰਟਡ ਹਮ ਦੋਜ਼ ਡਾਇਰੈਕਟਰਸ ਵਰ ਸੋ ਸਾਰਟਡ ਕਿ ਉਨਸੇ ਸਵਾਲ ਕਰਨੇ ਸੇ ਪਹਿਲੇ ਮੈਂ ਚਾਰ ਬਰੀ ਕੁਐਸਚਨ ਆਪਣੇ ਆਪ ਕੋ ਕਰਤਾ ਥਾ ਹਮ ਕਿ ਮੈਂ ਕਿਤੇ ਸਕ੍ਰਿਪਟ ਨੂੰ ਚੰਗੀ ਤਰ੍ਹਾਂ ਪੜਿਆ ਹਮ ਕਿ ਨੈਕਸਟ ਐਪੀਸੋਡ ਜਾਂ ਪਿਛਲੇ ਐਪੀਸੋਡ ਵਿੱਚ ਇਹ ਕੁਐਸਚਨ ਦਾ ਆਨਸਰ ਹੈ ਹਮ कि ये जड़ी मेरी वरी है ये कोई और कैरेक्टर दी स्टोरी ता नहीं कंप्लीट कर रही या तो तुम ही में काम करो राइट right. अगर आपको वैसा काम नहीं मिल रहा क्योंकि तो, मुझे नहीं मिल रहा था अच्छा और मुझे जो फिल्म्स ऑफर हो रही थी जैसी स्क्रिप्ट मेरे पास आ रही थी दैट वाज वेरी इनकंप्लीट वर्क बाय पीपल हु जस्ट ट्राइंग टू मेक मनी व्हिच इज

ਵਾਓ ਐਂਡ ਦੈਨ ਆਈ ਟੁੱਕ 8 ਮੰਥਸ ਟੂ ਰਾਈਟ ਰੌਕੀ ਮੈਂਟਲ ਰਿਟਰਨਸ ਵਾਓ ਤਾਂ ਮੈਨੂੰ ਐਵੇਂ ਹੈ ਕਿ ਹੁਣ ਉਹ ਟਾਈਮ ਦਿੱਤਾ ਹੈ ਰੱਬ ਨੇ ਕਿ ਕਾਕਾ ਕੰਪਲੇਂਟ ਨਹੀਂ ਕਰ ਸਕਦਾ ਤੂੰ ਤੇਰੇ ਕੋਲੇ ਨਹੀਂ ਆਈ ਸਕ੍ਰਿਪਟ ਤੇਰੇ ਕੋਲੇ ਸ਼ੋਅ ਆ ਗਏ ਨਾ ਉਹ ਸ਼ੋਅ ਵਾਲੇ ਪੈਸਿਆਂ ਤੋਂ ਘੜੀ ਨਾਲ ਹੈ ਰਾਈਟਰ ਹਾਇਰ ਕਰ ਤੇ ਚੱਲ ਆਪਦੀ ਫਿਲਮ ਤੇ ਕੰਮ ਕਰ ਤਾਂ ਹੁਣ ਮੈਂ ਉਹ ਜ਼ੋਨ ਦੇ ਵਿੱਚ ਆ ਕਿ ਮੈਂ ਵਧੀਆ ਕੰਮ ਕਰੂੰਗਾ ਭਾਜੀ ਵਧੀਆ ਕੰਮ ਕਰੂੰਗਾ ਪੈਸੇ ਸਕੈਂਡਰੀ ਹੋ ਚੁੱਕੇ ਨੇ ਵਧੀਆ ਕੰਮ ਕਰਕੇ ਜਾਣਾ ਚਾਹੁੰਦਾ ਮੈਂ ਆਪਕੋ ਐਸਾ ਕبھی ਡਰ ਨਹੀਂ ਲੱਗਦਾ ਕਿ ਇੱਕ ਦਿਨ मतलब बॉलीवुड में आपने बॉलीवुड के हर इंडस्ट्री में स्पोर्ट्स में बॉलीवुड में म्यूजिक में एक टाइम पे बंदा एकदम किलर और सडनली एक दिन होता है कि कौन जैसे अभी आशीष सर आशीष विद्यार्थी सर आए थे पॉडकास्ट में तो वो बताए थे कि तीन स्टेज होते हैं एक होता तो है गल दसा आशीष सर दी मैं उन्होंने प्ले देखा अच्छा आशीष विद्यार्थी सर का प्ले होया सीगा टैगोर थिएटर दे के चंडीगढ़ हां चंडीगढ़ हां आई रिमेंबर बीइंग अ किड

ਮੇਰੇ ਮੇਰੀ ਕਹਾਣੀ ਕੀ ਹੈ ਮੈਂ ਇੱਕ ਟਾਈਮ ਤੇ 바 ਟੈਂਡਰ ਸੀ ਇੱਕ ਟਾਈਮ ਤੇ ਮੈਂ ਜਿਮ ਵਿੱਚ ਕੰਮ ਕਰਦਾ ਸੀ ਇੱਕ ਟਾਈਮ ਤੇ ਮੈਂ ਵੀਡੀਓ ਡਾਇਰੈਕਟਰ ਸੀ ਇੱਕ ਟਾਈਮ ਤੇ ਮੈਂ ਸਿੰਗਰ ਸੀ ਇੱਕ ਟਾਈਮ ਤੇ ਮੈਂ ਐਕਟਰ ਆ ਕੱਲ ਨੂੰ ਖਬਰੇ ਮੈਂ ਕੀ ਹੋਵਾਂ ਅੱਗੇ ਆਉਂਗਾ ਕੁਝ ਰਾਈਟ ਐਕਟਰ ਨਹੀਂ ਹੋਊਂਗਾ ਸਿੰਗਰ ਨਹੀਂ ਹੋਊਂਗਾ ਤੇ ਨਹੀਂ ਹੋਊਂਗਾ ਕੁਝ ਹੋਰ ਹੋ ਜਾਊਗਾ but i'm always on to the next thing see point me i am ye meri destination da hai ni journey hai right kal nu mai ho sakda production house ho va sahi baat ho sakda mai aap film ek kar reha ho va par mere production house ton 10 film aa riyan ji de vich mai sab tu add content create kar reha ho va right ho sakda ke re mai luxury apartment banauda ho va samjhe meri gall nu ਉਹ 사ਦਾਂ ਮੇ ਕੋਈ ਹੋਰ ਕਰ ਰਿਹਾ ਇਹ ਸਭ ਆਪਕੇ ਉਹ ਹੈ ਮੈਨੀਫੈਸਟੇਸ਼ਨ ਹੈ ਹਾਂ ਮਤਲਬ ਅੱਗੇ ਹੀ ਕੋ ਚੀਜ਼ ਹੋਊਗੀ ਨਾ ਵੀਰੇ ਦੇਖੋ ਅੱਗੇ ਹੀ ਗਿਆ ਜ਼ਿੰਦਗੀ ਚ ਸਹੀ ਬਾਤ ਹੈ ਸਹੀ ਬਾਤ ਹੈ ਵੀਰੇ ਹੋ ਸਕਦਾ ਜਿਮ ਖੋਲਿਆ ਹੋਵੇ ਹੂੰ ਆਤਮ ਪੁਲੀ ਨੌਲੇਜ ਤਾਂ ਹੈ ਹੀ ਆਪਣੇ ਹੋ ਸਕਦਾ ਕਾਫੇ ਖੋਲਿਆ ਹੋਵੇ ਦੇਖੋ ਤਾਂ ਹੀ ਤਾਂ 10 ਸਾਲ ਪ੍ਰੋਪਰ ਕਮਰਸ਼ੀਅਲ ਹੋ ਕੇ ਕੱਲਾ ਕੱਲਾ ਪੈਸਾ ਜੋੜਿਆ ਤੇ ਆਪਣੀਆਂ ਇਨਸਿਕਿਉਰਿਟੀਆਂ ਨੂੰ ਸ਼ਾਂਤ ਕਰਕੇ ਸਾਈਡ ਤੇ ਬਿਠਾਤਾ ਵਾਓ ਕਿ ਤੈਨੂੰ ਇਹ ਲੱਗਦਾ ਸੀ ਨਾ ਲੋਕਾਂ ਦਾ ਭੁਲੇਖਾ ਸੀ ਕੱਢਦਾ ਪਲੇਖਾ ਸੀ ਕੱਢਤਾ ਹੁਣ ਉਪਲੇਖੇ ਰਹਿਣਗੇ ਹੁਣ ਆਪਾਂ ਇੰਨੇ ਕ ਕੱਡੇ ਬੈਠੇ ਆਂ ਕਿ ਆਪਾਂ ਕਹਿ ਸਕਦੇ ਹਾਂ ਹਾਂ ਯਾਰ ਤੇਰੀ ਤੂੰ ਵੈਲਿਡ ਨਹੀਂ ਹੈਗਾ ਹਾਂ 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 ਸਹੀ ਬਾਤ ਹੈ ਬੰਦਾ ਬੰਦਾ ਕਹਿੰਦਾ ਨਾ ਮੈਨੂੰ ਉਸਕੇ ਕਹੇਗਾ ਨਹੀਂ ਫਰਕ ਪੜ ਰਹਾ ਉਹ ਤਾਂ ਨਹੀਂ ਪੈਂਦਾ ਜਦੋਂ ਤੁਸੀਂ ਚਾਰ ਮੂੰਹ ਬੰਦ ਕੀਤੇ ਹੁੰਦੇ ਸਹੀ ਬਾਤ ਹੈ ਆਪ ਉਸ ਤੋਂ ਉੱਪਰ ਨਿਕਲ ਗਏ ਹੋ ਨਾ ਕਿ ਯਾਰ ਤੇਰਾ ਪਲੇਖਾ ਸੀ ਕੱਢਤਾ ਨਾ ਹੁਣ ਠੀਕ ਹੈ ਤਾਂ ਮੈਂ ਸਭ ਤੋਂ ਪਹਿਲਾਂ ਟਾਈਮ ਲਾ ਕੇ ਨਾ ਆਪਦੀ ਇਨਸਿਕਿਉਰिटीज ਨੂੰ ਚੁੱਪ ਕਰਾਤਾ ਹੁਣ ਮੈਨੂੰ ਕੋਈ ਏਡੀ ਇਨਸਿਕਿਉਰਟੀ ਹੈ ਨਹੀਂ ਪਹਿਲਾਂ ਪਹਿਲਾਂ ਜ਼ਰੂਰੀ ਹੁੰਦਾ ਸਾਰੀਆਂ ਕਾਰਾਂ ਵੀ ਦਿਖਾਉਣੀਆਂ ਘਰ ਵੀ ਦਿਖਾਉਣਾ ਤੇ ਜੱਜਾਂ ਦੀਆਂ ਫੋਟੋਆਂ ਬੂਟ ਸਾਰਾ ਕੁਝ ਕਿ ਹਾਂ ਭਾਈ ਮੈਂ ਬਣ ਗਿਆ ਬਣ ਗਿਆ ਬਣ ਗਿਆ ਉਹੀ ਹੁੰਦਾ ਨਾ ਵੀਰੇ ਉਸ ਤੋਂ ਬਾਅਦ ਠੀਕ ਆ ਹੁਣ ਮੈਂ ਕਿਸੇ ਹੋਰ ਮੈਂਟਲ ਸਪੇਸ ਦੇ ਵਿੱਚ ਹੁਣ ਮੈਨੂੰ ਇਹ ਸਾਲੇ ਕੰਮ ਕਰਕੇ ਦਿਖਾਓ ਕਿਉਂਕਿ ਬੂਟ ਸਾਰੇ ਲੈ ਲੈਣਗੇ ਪਰ 8 ਘੰਟੇ ਦਿਨ ਦੇ ਵਿੱਚ ਪਿੰਨ ਕਾਪੀ ਬਹਿ ਕੇ ਮੇਰੇ ਨਾਲ ਬੈਠੋ ਮੈਨੂੰ ਬੀਟ ਕਰਨ ਲਈ 24 ਤੋਂ 25 ਘੰਟੇ ਲੱਭਣੇ ਪੈਣਗੇ ਤਾਂ ਮੈਂ ਹੁਣ ਹੋਰ ਜ਼ੋਨ ਚ ਕੇ ਮੇਰੀ ਮੇਰੀ ਗਰਾਊਂਡ ਚ ਆ ਕੇ ਖੇਡੋ ਤੁਹਾਡੇ ਗਰਾਊਂਡ ਚ ਤਾਂ ਮੈਂ ਖੇਡ ਲਿਆ

ਲਾਈਕ ਇਟਸ ਸੋ ਲਾਈਕ ਯੂ ਕੈਨ ਅੰਡਰਸਟੈਂਡ ਓਕੇ ਕਿ ਇੱਕ ਬੰਦਾ ਵਿਚਾਰਾ ਆਪਦੇ ਆਪ ਨੂੰ ਨਾ ਬੰਦੇ ਪਤਾ ਕਿਦਾਂ ਸੋਚਦੇ ਨੇ ਕਿ ਯਾਰ ਇੱਕ ਦਿਨ ਸਾਲਾ ਐ ਹੋ ਜਾਊਗਾ ਨਾ ਫਿਰ ਐ ਕਰ ਲਾਂਗੇ ਇੱਕ ਦਿਨ ਐ ਹੋ ਜਾਊਗਾ ਬਸ ਇੱਕ ਦਿਨ ਐ ਹੋ ਜਾਊਗਾ ਵਿਲ ਸਮਿਥ ਕਾ ਤਾਂ ਯਾਰ ਆਸਕਰ ਵਾਲਾ ਸੀਨ ਦੇਖ ਕੇ ਮੈਂ ਕੋ ਤਾਂ ਉਹ ਖਤਮ ਹੋ ਜਾਂਦਾ ਕਿ ਬੰਦਾ ਆਸਕਰ ਮੈਂ ਆਸਕਰ ਜਿੱਤ ਰਿਹਾ ਹੈ ਔਰ ਤੁਸੀਂ ਦੇਖੋ ਬੰਦੇ ਦੀ ਕਿੱਡੀ ਸਾਲੀ ਲਾਈਫ ਉਹਨੇ ਸਾਰੀ ਥਿਉਰੀ ਸਹੀ ਕਰੀ ਗਿਆ ਨਾ ਇੱਕਦਮ ਲਾਸਟ ਮੂਮੈਂਟ ਤੇ ਲਾਸਟ ਜਹਾਂ ਪੇ ਅਵਾਰਡ ਰਿਸੀਵ ਕਰਨੇ ਪਰ मैं हाले भी चल छो नहीं पता होता क्या मतलब आई डोंट कंप्लीटली ब्लेम हिम नहीं नहीं इट्स 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 अ अ वो होल इकोसिस्टम एटमॉस्फेयर बहुत कुछ है तू तो बुक पढ़े हो भी मैं पढ़ता हूं। फिर ना तो यू कैन बैकवर्ड्स कनेक्ट द डॉट बैकवर्ड्स वो बहुत अच्छा लगेगा ਤਾਹੀਂ ਵੀਰੇ ਤੁਸੀਂ ਕਹਿੰਦੇ ਹੋ ਨਾ ਵੈਨ ਆਈ ਵਾਸ ਕਲੇਵਰ ਆ ਵਾਂਟਿਡ ਟੂ ਚੇਂਜ ਦ ਵਰਲਡ ਐਂਡ ਆ ਬੀਗਾਂ ਚੇਂਜਡ ਮਾਈ ਸੈਲਫ ਤੋ ਸਮਝ ਜਾਨੀਓ ਲੋਕ ਨਾ ਬਿਨਾ ਸਮਝੇ ਬਿਨਾ ਦੇਖੇ ਕੋਈ ਚੀਜ਼ ਨੂੰ ਬਾਹਰਲੇ ਸਥਰ ਤੋਂ ਦੇਖ ਲੈਂਦੇ ਨੇ ਤਾਂ ਉਹ ਤੁਹਾਡੀ ਐਡਾਪਟੇਸ਼ਨ ਹੈ ਬੇਸਡ ਓਨ ਯੋਰ ਇਨਫੋਰਮੇਸ਼ਨ ਰਾਈਟ ਰਾਈਟ ਤਾਂ ਦੈਟਸ ਵਾਈ ਆ ਡੋਨਟ ਬਲੇਮ ਅ ਲੋਟ ਆਫ ਪੀਪਲ ਆਲਸੋ ਕਿ ਆ ਯਾਰ ਤੈਨੂੰ ਉਹ ਇਹ ਗੱਲ ਐਵੇਂ ਸਮਝ ਆਈ ਤਾਂ ਤੇਰਾ ਕਸੂਰ ਥੋੜੀ ਆ ਦੇ

ਕਰਦੀ ਇਹਦੇ ਨਾਲ ਠੀਕ ਤੇ ਮੇਰਾ ਰੱਬ ਕਰ ਵੀ ਦਿੰਦਾ ਮੈਨੂੰ ਜਿਹੜਾ ਤੁਹਾਡਾ ਰੱਬ ਹੁੰਦਾ ਨਾ ਤੁਹਾਡੇ ਵਰਗਾ ਹੀ ਹੁੰਦਾ ਹਣਾ ਤਾਂ ਮੈਨੂੰ ਠੀਕ ਆ ਪਰ ਮੈਨੂੰ ਐਵੇਂ ਲੱਗਦਾ ਕਿ ਵੀਰੇ ਜਦੋਂ ਤੱਕ ਨਾ ਵੀਰੇ देयर ਆ ਪੀਪਲ ਆਊਟ देयर ਜਿਨ੍ਹਾਂ ਦੇ ਜਿਨ੍ਹਾਂ ਦੀ ਫਿਜ਼ੀਕਲ ਹੈਲਥ ਠੀਕ ਨਹੀਂ ਬਟ ਦੇ ਆ ਡੀਲਿੰਗ ਵਿਦ ਲਾਈਫ ਉਦੋਂ ਤੱਕ ਮੈਂਟਲ ਹੈਲਥ ਦੀ ਕੰਪਲੇਂਟ ਨੂੰ ਮੈਂ ਕੰਪਲੇਂਟ ਮੰਨਦਾ ਨਹੀਂ ਸਹੀ ਬਾਤ ਹੈ ਜਬ ਤੱਕ ਲੋਗ ਬਿਨਾ ਇੱਕ ਬਾਜੂ ਕੇ ਲੇਬਰ ਦਾ ਕੰਮ ਕਰ ਸਕਦੇ ਆ ਤਬ ਤੱਕ ਮੈਂ ਆਪਣੀ ਕੰਪਲੇਂਟ ਕਿਸਕੇ ਪਾਸ ਲੈ ਕੇ ਜਾਵਾਂ ਉਹ ਤਾਂ ਕਿੰਨੀ ਇਨਵੈਲਿਡ ਕਿੰਨੀ ਸਟੂਪਿਡ ਕੰਪਲੇਂਟ ਆ ਮੇਰੀ ਜੇ ਕੋਈ ਵੀ ਚੀਜ਼ ਨੂੰ ਲੈ ਕੇ ਮੈਂ ਅਨਹੈਪੀ ਆ ਉਹ ਇਟ ਜਸ ਡਸਨਟ ਮੇਕ ਐਨੀ ਸੈਂਸ ਵੈਨ ਆਈ ਹੈਵ ਸੋ ਮੈਨੀ ਮੋਰ ਆਪਸ਼ਨ ਦੇਖੋ ਅੱਜ ਤੋਂ 10-15 ਸਾਲ ਪਹਿਲਾਂ ਮੈਂ ਰੱਬ ਤੋਂ ਕੀ ਮੰਗਦਾ ਸੀ ਮੌਕਾ ਹੀ ਮੰਗਦਾ ਸੀ ਨਾ ਮੈਨੂੰ ਅੱਜ ਵੀ ਯਾਦ ਆ ਮੈਂ ਬਲੈਕ ਟਾਊਨ ਗੁਰਦੁਆਰਾ ਉੱਥੇ ਰਾਈਟ ਸਿਡਨੀ ਦੇ ਵਿੱਚ ਉੱਥੇ ਇਹੀ ਸ਼ਬਦ ਹੁੰਦੇ ਸੀ ਕਿ ਰੱਬਾ ਮੌਕਾ ਦੇ ਦੀ ਕੰਮ ਮੈਂ ਕਰੂੰਗਾ ਆਈ ਮੀਨ ਇਟ ਤੇ ਅੱਜ ਵੀ ਮੇਰੇ ਜੈਨਿਆ oportunties ਨੇ ਜਦ ਤੱਕ ਮੈਂ ਉਹ ਸਾਰੀਆਂ ਨੂੰ ਐਕਸਪਲੋਰ ਕਰਕੇ ਐਕਸਪਲੋਇਟ ਕਰਕੇ ਉਹ ਦਰਵਾਜ਼ੇ ਬੰਦ ਨਹੀਂ ਹੁੰਦੇ ਮੈਂ ਉਦੋਂ ਤੱਕ ਕੰਪਲੇਂਟ ਕਰਨੀ ਨਹੀਂ ਚਾਹੁੰਦਾ ਸਹੀ ਬਾਤ ਹੈ ਕਿਉਂਕਿ ਇੰਨਾ ਕੁਝ ਤਾਂ ਹੈ ਯਾਰ ਤੇ ਮੈਂ तो तो वो लोग ने हु वुड डाई टू बी इन योर पोजीशन राइट डाउटेडली अंडर फिर मैंने उनका कंप्लेंट कंप्लेंट की करनी काम करो तो गाइस ऐसी छोटी-छोटी क्लिप्स में पैक आपको बड़ा एंटरटेनमेंट चाहिए सो डोंट फॉरगेट टू लाइक शेयर एंड सब्सक्राइब टू काफी वाइल्डलाइफ शो क्लिप्स